ਹੁਣ ਕਾਂਗਰਸ ਦੇ ਵਜ਼ੀਰ ਤਵਾੜੀ ਸਾਹਿਬ ਨੂੰ ਲਈ ਫਿਰਦੇ ਜਿਵੇਂ ਨਵੀਂ ਵਿਹਲੀ ਕੁੜੀ ਨੂੰ ਨੰਦ ਲਈ ਫਿਰਦੀ ਹੁੰਦੀ ਹੈ ਨਾ, ਗਲੀਆਂ ਦਿਖਾਉਂਦੀ ਫਿਰਦੇ ਆ, ਹੁਣ ਉਹਨੂੰ ਪਿੰਡ ਦਿਖਾਉਂਦੇ ਫਿਰਦੇ ਨੇ, ਉਹਨਾਂ ਨੂੰ ਸੜਕਾਂ ਦਿਖਾਉਂਦੇ ਫਿਰਦੇ ਨੇ। ਕਾਂਗਰਸੀ ਆਪਣੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਨੀਸ਼ ਤਿਵਾੜੀ ਨੂੰ ਇੰਜ ਲਈ ਫਿਰਦੇ ਨੇ ਜਿਵੇਂ ਨਵੀਂ ਵਿਆਹੀ ਕੁੜੀ ਨੂੰ ਨੰਦ ਪਿੰਡ ਦਿਖਾਉਂਦੀ ਫਿਰਦੀ ਹੋਵੇ। ਇਹ ਕਹਿਣਾ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦਾ। ਚੰਦੂਮਾਜਰਾ ਮੁਤਾਬਕ ਕਾਂਗਰਸ ਨੇ ਪੰਜਾਬ ਤੋਂ ਬਾਹਰਲੇ ਉਮੀਦਵਾਰ ਨੂੰ ਟਿਕਟ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੀ ਬੇਇੱਜ਼ਤੀ ਕੀਤੀ ਹੈ। ਸਿੰਘ ਵੱਲੋਂ ਨਾਰਾਜ਼ ਕਾਂਗਰਸ ਨਾਲ ਮੀਟਿੰਗ ਕਰਨਾ ਹੀ ਇਸ ਗੱਲ ਦਾ ਪ੍ਰਤੱਖ ਸਬੂਤ ਆ ਕਿ ਕਾਂਗਰਸ ਦੀ ਹਾਈਕਮਾਂਡ ਨੇ ਅਨੰਦਪੁਰ ਸਾਹਿਬ ਹਲਕੇ ਲਈ ਜਿਹੜਾ ਉਮੀਦਵਾਰ ਭੇਜਿਆ ਉਹਨੂੰ ਇੱਥੋਂ ਦੇ ਕਾਂਗਰਸ ਹੀ ਐਕਸੈਪਟ ਕਰਨ ਨੂੰ ਤਿਆਰ ਨਹੀਂ। ਸੱਚੀ ਮੁੱਚੀ ਜੇ ਬਿਨਾਂ ਰਾਜਨੀਤੀ ਤੋਂ ਮੈਂ ਗੱਲ ਕਰਾਂ ਤਾਂ ਵੀ ਅਨੰਦਪੁਰ ਸਾਹਿਬ ਹਲਕੇ ਦੇ ਕਾਂਗਰਸੀਆਂ ਦੀ ਬਹੁਤ ਵੱਡੀ ਤਹੀਨ ਹੋਈ ਆ ਔਰ ਅਨੰਦਪੁਰ ਸਾਹਿਬ ਹਲਕੇ ਦੇ ਕਾਂਗਰਸੀਆਂ ਦੀ ਬਹੁਤ ਵੱਡੀ ਬੇਇੱਜ਼ਤੀ ਹੋਈ ਆ ਵੀ ਸਾਰੇ ਅਨੰਦਪੁਰ ਸਾਹਿਬ ਹਲਕੇ 'ਚੋਂ ਕੋਈ ਇੱਕ ਵੀ ਕਾਂਗਰਸੀ ਚੰਗਾ ਨਹੀਂ ਲੱਭਿਆ ਜਿਹੜਾ ਮੇਰੇ ਮੁਕਾਬਲੇ ਕਾਂਗਰਸ ਖੜਾ ਕਰ ਦਿੰਦੀ। ਫਿਰ ਦੂਜੀ ਗੱਲ, ਪੰਜਾਬ ਦੇ ਵਿੱਚੋਂ ਕੋਈ ਕਾਂਗਰਸ ਨਹੀਂ ਲੱਭਿਆ ਜਿਹੜਾ ਪੰਜਾਬ ਦੇ ਵਿੱਚੋਂ ਲੱਭ ਕੇ ਕੋਈ ਮੇਰੇ ਮੁਕਾਬਲੇ ਖੜਾ ਕਰ ਦਿੰਦੇ। ਪੰਜਾਬ ਤੋਂ ਬਾਹਰ ਅਨੰਦਪੁਰ ਸਾਹਿਬ ਤੋਂ ਬਾਹਰ ਲਿਆ ਕੇ ਉਮੀਦਵਾਰ ਅਨੰਦਪੁਰ ਸਾਹਿਬ ਵਰਗੀ ਧਰਤੀ 'ਤੇ ਲਿਆਉਣਾ ਇਹ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਵੀ ਚੁਣੌਤੀ ਦਿੱਤੀ ਹੈ, ਇਹ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਦੀ ਵੀ ਬੇਨਤੀ ਕੀਤੀ ਆ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰ ਹੋ ਕੇ ਹੁਣ ਕਰਨਾ ਪੈ ਰਿਹਾ। ਨਾਲੇ ਜਿਵੇਂ ਹੁਣ ਕਾਂਗਰਸ ਦੇ ਵਜ਼ੀਰ ਤਿਵਾੜੀ ਸਾਹਿਬ ਨੂੰ ਲਈ ਫਿਰਦੇ ਜਿਵੇਂ ਨਵੀਂ ਵਿਹਲੀ ਕੁੜੀ ਨੂੰ ਨੰਦ ਲਈ ਫਿਰਦੀ ਹੁੰਦੀ ਹੈ ਨਾ, ਗਲੀਆਂ ਦਿਖਾਉਂਦੀ ਫਿਰਦੇ ਆ, ਹੁਣ ਉਹਨੂੰ ਪਿੰਡ ਦਿਖਾਉਂਦੇ ਫਿਰਦੇ ਨੇ, ਉਹਨਾਂ ਨੂੰ ਸੜਕਾਂ ਦਿਖਾਉਂਦੇ ਫਿਰਦੇ ਨੇ। ਅਤੇ ਇਹ ਬੜੀ ਹੈਰਾਨੀ ਵਾਲੀ ਗੱਲ ਆ ਵੀ ਲੋਕ ਸਭਾ ਦੀ ਸੀਟ ਹੋਵੇ, ਅਨੰਦਪੁਰ ਸਾਹਿਬ ਵਰਗੀ ਸੀਟ ਹੋਵੇ, ਐਸੀ ਸੀਟ 'ਤੇ ਕਾਂਗਰਸੀ ਇੱਕ ਮਜ਼ਾਕ ਕਰ ਰਹੇ ਹੋਣ ਅਤੇ ਸਾਡੀ ਤਾਂ ਚਲੋ ਖੁਸ਼ਕਿਸਮਤੀ ਆ ਜੇ ਮਾੜਾ ਉਮੀਦਵਾਰ ਹੋਊ ਸਾਨੂੰ ਤਾਂ ਫਾਇਦਾ ਹੀ ਫਾਇਦਾ, ਪਰ ਇੱਕ ਸਿਸਟਮ ਨੂੰ ਜ਼ਰੂਰ ਚੁਣੌਤੀ ਆ। ਨਵਜੋਤ ਸਿੱਧੂ ਖਿਲਾਫ ਬਿਹਾਰ ਦੇ ਕਟਿਹਾਰ ਜ਼ਿਲ੍ਹੇ 'ਚ ਹੋਏ ਪਰਚੇ 'ਤੇ ਵੀ ਚੰਦੂਮਾਜਰਾ ਨੇ ਚੁਟਕੀ ਭਰੀ ਏ। ਚੰਦੂਮਾਜਰਾ ਮੁਤਾਬਕ ਕਾਂਗਰਸ ਦੀ ਪਾੜੋ ਅਤੇ ਰਾਜ ਕਰੋ ਵਾਲੀ ਨੀਤੀ ਹੁਣ ਕਦੇ ਵੀ ਕਾਮਯਾਬ ਨਹੀਂ ਹੋਵੇਗੀ। ਵੱਲੋਂ ਧਾਰਮਿਕ ਬਣਵਾਰਾ ਪਾਉਣਾ ਹੀ ਕਾਂਗਰਸ ਦੀ ਨੀਤੀ ਦਾ ਪ੍ਰਤੀਕ ਆ ਕਿ ਕਾਂਗਰਸ ਨੇ ਰਾਜ ਸੱਤਾ ਹਥਿਆਉਣ ਲਈ ਹਮੇਸ਼ਾ ਹੀ ਦੇਸ਼ ਨੂੰ ਜਾਂ ਧਰਮ ਦੇ ਨਾਂ 'ਤੇ ਵੰਡਿਆ, ਜਾਂ ਜਾਤ ਦੇ ਨਾਂ 'ਤੇ ਵੰਡਿਆ, ਨਾ ਮਜ਼ਹਬ ਦੇ ਨਾਂ 'ਤੇ ਵੰਡਿਆ, ਜਾਂ ਇਲਾਕਿਆਂ ਦੇ ਨਾਂ 'ਤੇ ਵੰਡਿਆ, ਲੋਕਾਂ ਨੂੰ ਜੁੰਡੋ ਜੁੰਡੀ ਕਰਾ ਕੇ ਲੋਕਾਂ ਦੀਆਂ ਲਾਸ਼ਾਂ 'ਤੇ ਕੁਰਸੀਆਂ ਵੀ ਡਾਉਂਦੀ ਰਹੀ ਆ ਕਾਂਗਰਸ। ਅੱਜ ਕਾਂਗਰਸ ਦੇ ਨੇਤਾ ਜਿਹੜੇ ਨੇ ਸਿੱਧੂ ਸਾਹਿਬ ਅਤੇ ਹੋਰ ਉਹੀ ਖੇਡ ਖੇਡ ਰਹੇ ਨੇ ਅਤੇ ਕਾਂਗਰਸ ਹੁਣ ਬੁਖਲਾਹਟ ਵਿੱਚ ਆਈ ਹੋਈ ਆ। ਕਾਂਗਰਸ ਹੁਣ ਫਿਰ ਦੇਸ਼ ਦੇ ਹੱਸਦੇ ਵੱਸਦੇ ਖੇਡਦੇ ਦੇਸ਼ ਨੂੰ ਹੁਣ ਫਿਰ ਬਟਵਾਰੇ ਦੇ ਵਿੱਚ ਲੱਗੀ ਹੋਈ ਆ ਔਰ ਤਣਾਅ ਪੈਦਾ ਕਰਨਾ ਚਾਹੁੰਦੀ ਆ ਰਾਜਸੀ ਸੱਤਾ ਹਥਿਆਉਣ ਲਈ। ਹੁਣ ਇਹ ਮੁੜ ਕੇ ਕਾਂਗਰਸ ਦੇ ਇਹ ਸੌਦਾ ਕਾਂਗਰਸ ਨੂੰ ਮਹਿੰਗਾ ਪਏਗਾ। ਇਸ ਦੇ ਨਾਲ ਹੀ ਪ੍ਰੋਫੈਸਰ ਚੰਦੂਮਾਜਰਾ ਵੱਲੋਂ ਪੰਜਾਬ 'ਚ ਹੋਈ ਬੇਮੌਸਮੀ ਬਰਸਾਤ ਤੋਂ ਬਾਅਦ ਹੋਏ ਕਿਸਾਨਾਂ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ। ਬਹੁਤ ਜ਼ਿਆਦਾ ਨੁਕਸਾਨ ਹੋਇਆ, ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਤੁਰਤ ਮੁਆਵਜ਼ਾ ਦੇਵੇ ਅਤੇ ਮੁਆਵਜ਼ਾ ਵੀ ਪੂਰਾ ਦੇਵੇ ਕਿਉਂਕਿ ਫਸਲ ਪੱਕ ਚੁੱਕੀ ਸੀ ਪੂਰੀ ਫਸਲ ਦਾ। ਇਹ ਨਹੀਂ ਹੈ ਵੀ 5000 ਦੇ ਕੇ ਸਾਰ ਦਿਓ ਕਿਉਂਕਿ ਜਦੋਂ ਫਸਲ ਸਾਰੀ ਪੱਕ ਕੇ ਹੋਰ ਫਸਲ ਬੀਜਣ ਦਾ ਕੋਈ ਸਕੋਪ ਨਹੀਂ ਰਹਿੰਦਾ। ਸਾਰੀ ਤਿਆਰ ਹੋਈ ਫਸਲ ਇਹ ਇੱਕ ਵਿਸ਼ੇਸ਼ ਗਰਦੌਰੀ ਕਰਾ ਕੇ ਤੁਰਤ ਇਹਦਾ ਮੁਆਵਜ਼ਾ ਅਤੇ ਉਹ ਵੀ ਫੁੱਲ ਮੁਆਵਜ਼ਾ ਦੇਣ ਦੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ। ਜ਼ਿਕਰਯੋਗ ਹੈ ਕਿ ਕਾਂਗਰਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਅਕਾਲੀ ਦਲ ਵੱਲੋਂ ਪਹਿਲਾਂ ਹੀ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਆਪਣਾ ਉਮੀਦਵਾਰ ਬਣਾਇਆ ਜਾ ਚੁੱਕਾ ਹੈ, ਜਦਕਿ ਆਪ ਵੱਲੋਂ ਨਰਿੰਦਰ ਸ਼ੇਰਗਿੱਲ, ਟਕਸਾਲੀ ਅਕਾਲੀ ਦਲ ਵੱਲੋਂ ਬੀਰਦਵਿੰਦਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਪਰ ਕਾਂਗਰਸ ਪਾਰਟੀ ਨੇ ਸਾਰੀਆਂ ਕਿਆਸੇਰਾਈਆਂ ਦੇ ਉਲਟ ਹਿੰਦੂ ਚਿਹਰੇ ਵਜੋਂ ਲੁਧਿਆਣਾ ਤੋਂ ਸੰਸਦ ਮੈਂਬਰ ਰਹੇ ਅਤੇ ਪੇਸ਼ੇ ਤੋਂ ਵਕੀਲ ਮਨੀਸ਼ ਤਿਵਾੜੀ ਨੂੰ ਉਮੀਦਵਾਰ ਬਣਾ ਕੇ ਪੰਥਕ ਸਿਆਸਤ ਦਾ ਧੁਰਾ ਸਮਝੇ ਜਾਣ ਵਾਲੇ ਸ੍ਰੀ ਅਨੰਦਪੁਰ ਸਾਹਿਬ ਹਲਕੇ 'ਚ ਭੇਜਿਆ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਚੋਵੇਸ਼ ਲਟਾਵਾ, ਪੰਜਾਬੀ ਲੋਕ ਚੈਨਲ।